ਜਲਾਲਾਬਾਦ ਜ਼ਿਮਨੀ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸੀ ਪਾਰਟੀ ਦੇ ਨਵੇਂ ਬਣੇ MLA ਰਮਿੰਦਰ ਆਵਲਾ ਵੱਲੋਂ ਧੰਨਵਾਦੀ ਦੌਰੇ ਕੀਤੇ ਜਾ ਰਹੇ ਨੇ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਵੀ ਜਲਾਲਾਬਾਦ ਪਹੁੰਚੇ। ਰਣਿੰਦਰ ਸਿੰਘ ਲੋਕਾਂ ਨੂੰ ਜਦ ਸੰਬੋਧਨ ਕਰ ਰਹੇ ਸਨ ਤਾਂ ਲੋਕਾਂ ਨੇ ਆਪਣੀ ਮੰਗਾਂ ਬਾਰੇ ਸਵਾਲ ਕੀਤੇ ਤਾਂ ਜਲਦ ਹੀ ਤੈਸ਼ ਵਿੱਚ ਆ ਕੇ ਰਣਿੰਦਰ ਸਟੇਜ ਤੋਂ ਚੱਲਦੇ ਬਣੇ। ਇਸੇ ਦੌਰਾਨ ਉਹਨਾਂ ਤੋਂ ਹਰ ਘਰ ਇੱਕ ਨੌਕਰੀ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਇੱਕ ਝੂਠ ਹੈ। ਮੇਨ ਚੀਜ਼ ਇਹ ਹੈ ਕਿ ਰੂਰਲ ਇੰਪਲੋਇਮੈਂਟ ਪਿੰਡਾਂ ਦੇ ਵਿੱਚ ਦੇਣ ਦੀ ਅਸੀਂ ਕੋਸ਼ਿਸ਼ ਕਰੀ। ਦੇਖੋ, ਇਹ ਕਹਿਣਾ ਕਿ ਅਸੀਂ ਹਰ ਬੰਦੇ ਨੂੰ ਨੌਕਰੀ ਦਾ ਸੰਬੰਧ ਨਹੀਂ ਹੁੰਦਾ, ਝੂਠ ਹੈ। ਬਟ ਮਜੋਰਿਟੀ ਕੋਈ ਮੂਵਮੈਂਟ ਤਾਂ ਕਰੀਏ, ਜਾਦੂ ਦੀ ਟੂਣੀ ਤਾਂ ਹੈ ਨਹੀਂ ਕਿਸੇ ਪਾਸ, ਆਏਗਾ ਤੁਹਾਡੇ ਪਾਸ। ਆਪਣੇ ਪਿਤਾ ਨੂੰ ਝੂਠਾ ਕਰਾਰ ਦਿੰਦਿਆਂ ਰਣਿੰਦਰ ਨੇ ਕਿਹਾ ਕਿ ਹਰ ਘਰ ਨੌਕਰੀ ਮੁਮਕਿਨ ਨਹੀਂ ਅਤੇ ਨਾ ਹੀ ਉਹਨਾਂ ਕੋਲ ਜਾਦੂ ਦੀ ਕੋਈ ਛੜੀ ਹੈ। ਆਪਣੇ ਪੁੱਤਰ ਵੱਲੋਂ ਦਿੱਤੇ ਗਏ ਬਿਆਨ 'ਤੇ ਪਿਤਾ ਕੈਪਟਨ ਅਮਰਿੰਦਰ ਕੀ ਜਵਾਬ ਦਿੰਦੇ ਨੇ, ਇਹ ਤਾਂ ਦੇਖਣਾ ਹੀ ਹੋਵੇਗਾ। ਜਲਾਲਾਬਾਦ ਤੋਂ ਅਰਵਿੰਦਰ ਤਨੇਜਾ ਦੇ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।